ਅਸਲਾਮ ਅਲੈਕੁਮ ਅਸ਼ੀ ਕੀ ਹਾਲ ਚਾਲ ਆ ਠੀਕ ਠਾਕ ਬਹੁਤ ਜਿਹਾ ਹੋ ਗਿਆ ਸਟਾਰਟ ਇਹਦੇ ਹੈੱਡ 'ਚ ਮਸਲਾ ਸੀਗਾ ਇਸ ਕਰਕੇ ਗਰਮ ਹੁੰਦੀ ਸੀ ਦੋਨੇ ਹੈੱਡ ਫੇਸਿੰਗ ਕਰਾਇਆ ਗੈਸਕਿਟ ਨਵੇਂ ਪਾ ਦਿੱਤੇ ਬਾਬਾ ਜੀ ਹੁਣ ਗੱਡੀ ਫੁੱਲ ਮੀਆਂ ਮੀਆਂ ਹੋ ਗਈ ਹੁਣ ਪੂਰੀ ਕੂਲ ਰਹਿੰਦੀ ਹੈ ਗਰਮ ਨਹੀਂ ਹੁੰਦੀ ਬਾਬਾ ਜੀ ਪਹਿਲਾਂ ਤਾਂ ਸੁੱਚ ਚੇਂਜ ਕੀਤਾ ਵਾਟਰ ਪੰਪ ਚੇਂਜ ਕੀਤਾ ਫਿਰ ਵੀ ਨਹੀਂ ਸੀ ਗਰਮ ਹੋਣ ਹਟਦੀ ਹੋਰ ਸਭ ਠੀਕ ਠਾਕ ਆ ਦੇਖੋ ਮੇਰਾ ਟੈਂਪਰੇਚਰ ਫਿਰ ਹੁਣ ਬਿਲਕੁਲ ਸੈਂਟਰ ਜਾ ਜਿੱਥੇ ਹੋਣਾ ਚਾਹੀਦਾ ਮੈਂ ਤੁਹਾਨੂੰ ਵੀਡੀਓ ਬਣਾ ਕੇ ਸੈਂਡ ਕਰ ਦੇਵਾਂ ਨਾ